ਬਲਾਲ ਸਾਹਿਬ, ਅੱਜ ਮੈਂ ਤੁਹਾਡੇ ਸਵਾਲ ਜਿਹੜਾ ਤੁਸੀਂ ਮੈਨੂੰ ਕੀਤਾ ਹੈ ਹਾਂਜੀ ਹਾਂਜੀ ਉਹਦਾ ਜਵਾਬ ਦੇਣ ਲਈ ਅੱਜ ਮੈਂ ਤੁਹਾਨੂੰ ਆਪਣੇ ਜਿਹੜਾ ਨਾ ਆਪਣੇ ਕੋਲ ਬੇਗਮ ਸਾਹਿਬਾ ਦੇ ਕੋਲ ਯਾਨੀ ਕਿ ਆਪਣੇ ਕੋਲ ਦੋਵਾਂ ਦੇ ਕੋਲ ਬਿਠਾ ਕੇ ਤੁਹਾਨੂੰ ਅੱਜ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ। ਅੱਛਾ ਜੀ, ਠੀਕ ਆ ਜੀ। ਇਹਨੇ ਕੀ ਸਵਾਲ ਕੀਤਾ ਤੁਹਾਡੇ ਕੋਲ? ਸਾਰੀਆਂ ਗੱਲਾਂ ਪਹਿਲੇ ਨਹੀਂ ਪੁੱਛੀ ਦੀਆਂ ਹੁੰਦੀਆਂ। ਅੱਛਾ ਬੇਟਾ ਜੀ, ਗੱਲ ਹੈ ਕਿ ਮੈਂ ਨਾ ਸਨ 2000 ਦੀ ਗੱਲ ਹੈ, ਠੀਕ ਹੈ ਜੀ। ਸਨ 2000 ਦੀ ਗੱਲ ਆ ਤੇ ਮੈਂ ਬੜੇ ਖੱਪ ਖੁੱਪ ਪਾ ਕੇ ਨਾ ਜੀ ਆਪਣੀ ਮਾਂ ਨੂੰ ਰਾਜੀ ਕੀਤਾ ਜੀ, ਠੀਕ ਹੈ ਹਾਂਜੀ, ਆਪਣੇ ਭਰਾਵਾਂ ਨੂੰ ਰਾਜੀ ਕੀਤਾ, ਠੀਕ ਹੈ ਜੀ। ਸਮਝ ਆਉਂਦੀ ਪਈ ਹੈ ਨਾ? ਹਾਂਜੀ। ਤੇ ਆਪਣੀ ਸ਼ਾਦੀ ਵਾਸਤੇ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਆਪਣੇ ਜਿਹੜਾ ਕਿ ਵੀ ਮੇਰੀ ਸ਼ਾਦੀ ਕਰ ਦਿਓ। ਜੀ ਮਿੰਨਤਾਂ ਥੱਲੇ ਕਰ ਕਰਕੇ ਉਹਨਾਂ ਨੇ ਨਾਮ ਮਨਾ ਲਿਆ। ਅੱਛਾ। ਫਿਰ ਆਪਣੀ ਜਨਾਬ ਆਪਣੇ ਜਿਹੜਾ ਨਾ ਸ਼ਾਦੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅੱਛਾ। ਸ਼ਾਦੀ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਜਨਾਬ, ਮਹਿੰਦੀ ਦਾ ਸੂਟ ਇੱਧਰ ਤਿਆਰ ਹੋਣਾ ਸ਼ੁਰੂ ਹੋ ਗਿਆ, ਠੀਕ ਹੈ ਜੀ। ਉੱਧਰ ਵੀ ਘਰ ਵਿੱਚ ਕੱਪੜਿਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨਾਲ ਇੰਨੇ ਕਰਦਿਆਂ ਕਰਦਿਆਂ ਟਾਈਮ ਗੁਜ਼ਰਦਾ ਗੁਜ਼ਰਦਾ ਗਿਆ, ਸ਼ਾਦੀ ਦਾ ਦਿਨ ਆ ਗਿਆ, ਠੀਕ ਹੈ ਹਾਂਜੀ। ਸੁਬਾ ਦੇ 8 ਵਜੇ, ਠੀਕ ਹੈ ਹਾਂਜੀ, ਰਾਈਟ। ਮੈਂ ਜਿਹੜਾ ਸੀ ਮੈਨੂੰ ਇੰਨਾ ਸ਼ਾਦੀ ਦਾ ਸ਼ੌਕ ਸੀ ਕਿ ਮੈਂ ਜਿਹੜਾ ਨਾ 8 ਵਜੇ ਪੂਰੇ ਨਹਾ ਧੋ ਕੇ ਜਿਹੜਾ ਨਾ ਤੇ ਲਿਸ਼ਕ ਬਿਸ਼ਕ ਕੇ ਤੇ ਪੈਂਟ ਕੋਟ ਪਾ ਕੇ ਤੇ ਤਿਆਰ ਬੈਠਾ ਸੀ। ਅੱਛਾ। 8 ਵਜੇ ਨਹਾ ਧੋ ਕੇ ਲਿਸ਼ਕ ਬਿਸ਼ਕ ਕੇ ਤਿਆਰ ਹੋਇਆ ਬੈਠਾ ਸੀ ਤਾਂ ਬਾਕੀ ਸਾਰੇ ਮੰਜੀਆਂ ਤੇ ਸੁੱਤੇ ਪਏ ਸੀ ਅਜੇ ਵੀ। ਅੱਛਾ ਜੀ। ਉਹ ਇੱਕ ਇੱਕ ਤੇ ਪੈਰੀ ਪੈ ਕੇ ਮੈਂ ਸਾਰਿਆਂ ਨੂੰ ਕਿਹਾ ਉੱਠ ਹੋਏ ਸਾਰੇ ਰਿਸ਼ਤੇਦਾਰ, ਜਦੋਂ ਮੈਂ ਕਿਹਾ ਤੁਹਾਡੀ ਮਿਹਰਬਾਨੀ ਮੇਰਾ ਵਿਆਹ ਹੈ ਤੁਸੀਂ ਸੌ ਕੇ ਸਾਰਾ ਇੱਥੇ ਕੱਢਣਾ, ਉੱਠੋ। ਸਾਰਿਆਂ ਨੂੰ ਮਨਾਇਆ ਬੜੀ ਮੁਸ਼ਕਲ ਦੇ ਨਾਲ, ਫਿਰ ਉੱਠੀ ਸਾਰਿਆਂ ਨੂੰ ਨਾਸ਼ਤਾ ਕਰਾ ਕਰੋ ਕੇ ਸਾਰੇ ਜਿਹੜੇ ਵਿਆਹ ਦਾ ਟਾਈਮ ਹੋ ਗਿਆ, ਸਾਰੇ ਬਰਾਤੀਆਂ ਨੂੰ ਮੈਂ ਆਖਿਆ ਇਹ ਨਾਲ ਚੱਪੇ ਤੇ ਜਾਣਾ। ਅੱਛਾ। ਕਿੱਥੇ ਜਾਣਾ? ਚੱਪੇ ਤੇ। ਇਹ ਨਾਲ ਚੱਪੇ ਤੇ ਜਾਣਾ। ਹਾਂਜੀ। ਤੇ ਆਪ ਏਦਾਂ ਕਰੋ ਤੁਸੀਂ, ਮੈਂ ਕਾਰ ਵਿੱਚ ਜਾਣਾ ਤੇ ਤੁਸੀਂ ਪੈਦਲ ਪੈਦਲ ਲੱਗੇ ਜਾਓ। ਅੱਛਾ। ਪੈਦਲ ਬਣਾ ਤੀ ਅਤੇ ਇਹ ਚੱਪੇ ਤੇ ਜਾਣਾ ਸੀ। ਅੱਛਾ। ਤੇ ਉਹ ਜਨਾਬ ਮੈਂ ਆਪਣੇ ਕਾਰ ਤੇ ਚਲਾ, ਠੀਕ ਹੈ ਹਾਂਜੀ, ਮੈਂ ਕਾਰ ਵਿੱਚ ਬਹਿ ਗਿਆ। ਉਹ ਉਹਨਾਂ ਨੇ ਕਿਹਾ ਤੁਸੀਂ ਨੀਵੇਂ ਨੀਵੇਂ ਹੋ ਕੇ ਸਾਰੇ ਇਹ ਚੱਪੇ ਤੇ ਜਾਣਾ ਹੈ ਤੇ ਪੈਦਲ ਚਲੋ। ਅੱਛਾ। ਉਹ ਪੈਦਲ ਤੇ ਪਹੁੰਚ ਗਏ, ਮੈਂ ਕਾਰ ਵਿੱਚ ਬੈਠਾ ਆ ਅੱਗੇ ਨਾਲ, ਸਾਰੀ ਦੁਨੀਆ ਮੈਨੂੰ ਵੇਖੀ ਜਾਏ, ਮੇਰੇ ਇਹ ਸਾਰੇ ਪਸੀਨੇ ਚੋਏ ਹੋਏ, ਮੇਕਅਪ ਵੀ ਸਾਰਾ ਮੇਰਾ ਖਰਾਬ ਹੋਣ ਡਿਆ। ਅੱਛਾ ਜੀ। ਉਹ ਸਾਰੇ ਜ਼ਮਾਨੇ ਦੀ ਜਿਹੜੀ ਨਜ਼ਰ ਮੇਰੇ ਵਿੱਚ ਲੱਗੀ ਹੋਈ ਸੀ, ਮੈਂ ਹੈ ਬੜਾ ਖੂਬਸੂਰਤ ਸੀ, ਮੈਂ ਹੈ ਬੜਾ ਖੂਬਸੂਰਤ ਸੀਗਾ ਪੁੱਤ। ਅੱਛਾ। ਹਾਂ, ਕਾਰ ਦੇ ਵਿੱਚੋਂ ਬਾਹਰ ਇਸ ਤਰ੍ਹਾਂ ਬੀਬੀਆਂ ਵੇਖ ਰਹੀਆਂ ਸੀ, ਬੰਦੇ ਵੇਖ ਰਹੇ ਸੀ ਏਦਾਂ ਕਰਕੇ, ਕਿ ਅੱਜ ਮੌਲਵੀ ਦਾ ਵਿਆਹ ਵਾ, ਉਹ ਇਹ ਨੀ ਬੱਚੂ ਅੱਜ। ਅੱਛਾ। ਪਹੁੰਚ ਗਏ ਜਨਾਬ ਕਾਰ ਤੋਂ ਜਾ ਕੇ ਬਾਹਰ, ਦਰਵਾਜ਼ਾ ਖੋਲਿਆ ਬਾਹਰ ਨਿਕਲੇ, ਇਸਤਕਬਾਲ ਵਿੱਚ ਖੜੇ ਨੇ ਅੱਗੇ ਜਨਾਬ ਫੁੱਲ ਪੱਤੀਆਂ ਪੈ ਰਹੀਆਂ ਨੇ। ਅੱਛਾ। ਕੀ ਪੈ ਰਹੀਆਂ ਨੇ? ਫੁੱਲ ਪੱਤੀਆਂ। ਹਾਂਜੀ, ਫੁੱਲ ਪੱਤੀਆਂ ਪੈ ਰਹੀਆਂ ਹੈਗੀਆਂ ਨੇ। ਬੇਗਮ ਸਾਹਿਬਾ ਦੀਆਂ ਸਹੇਲੀਆਂ ਜਿਹੜੀਆਂ ਸੀ ਨਾ, ਸਾਰੀਆਂ ਆਪਣੇ ਫੁੱਲ ਪੱਤੀਆਂ ਪਾ ਰਹੀਆਂ ਸੀ, ਠੀਕ ਹੈ ਜੀ। ਫਿਰ ਉਹਦੇ ਬਾਅਦ ਆਪਣੇ ਜਨਾਬ ਅੱਗੇ ਉਹਨਾਂ ਨੇ ਚੁੰਨੀ ਤਾਣ ਲਈ। ਅੱਛਾ। ਕੀ ਤਾਣ ਲਈ? ਚੁੰਨੀ। ਹਾਂ, ਉਹ ਚੁੰਨੀ ਤਾਣ ਲਈ ਤੂੰ ਜਾਨ ਛਡਾਈ ਕੋਈ ਰੋਪੜਾ ਦੇ ਕੇ। ਕੀ ਦੇ ਕੇ? ਪੈਸੇ। ਹਾਂ, ਰੋਪੜਾ ਦੇ ਕੇ ਜਾਨ ਛਡਾਈ। ਮੋੜ ਅਸੀਂ ਗੇਟ ਦੇ ਅੰਦਰ ਨੂੰ ਹੋ ਗਏ। ਅੱਛਾ। ਕਿੱਥੇ ਹੋ ਗਏ? ਗੇਟ ਦੇ ਅੰਦਰ। ਹਾਂ, ਗੇਟ ਦੇ ਅੰਦਰ ਚਲੇ ਗਏ ਅਸੀਂ। ਅੱਗੇ ਕੀ ਦੇਖਿਆ ਅਸੀਂ? ਪਤਾ ਨਹੀਂ। ਅੱਗੇ ਵੇਖਿਆ ਤਾਂ ਕੁਰਸੀਆਂ ਹੀ ਕੁਰਸੀਆਂ ਤੇ ਟੇਬਲਾਂ ਲੱਗੀਆਂ ਹੋਈਆਂ, ਅੱਗੇ ਰੰਗ ਬਿਰੰਗੇ ਬੰਦੇ ਬੈਠੇ ਹੋਏ ਸਾਰੇ,
ਉਹ ਮੈਨੂੰ ਵੇਖ ਹੀ ਨਾ ਲੈਂਜ ਮੈਂ ਵੇਖ ਨਾ ਥੋੜਾ ਘਬਰਾ ਗਿਆ ਪਰ ਹਿੰਮਤ ਨਹੀਂ ਹਾਰੀ ਮੈਂ ਮੈਂ ਸਿੱਧਾ ਲੈ ਆਇਆ ਤੇ ਅੱਜ ਸਿੱਧਾ ਜੜਾ ਵਿੱਚ ਉਹਦੀ ਕਲਾਸ ਕਰਕੇ ਜਿਵੇਂ ਵਜ਼ੀਰ ਆਜ਼ਮ ਨਹੀਂ ਉੱਤੇ ਸਟੇਜ ਤੇ ਬੈਠਾ ਹੁੰਦਾ ਚੜ੍ਹ ਕੇ ਕੁਰਸੀ ਤੇ ਹਾਂਜੀ ਮੈਂ ਉੱਤੇ ਚੜ੍ਹ ਗਿਆ ਕਿੱਥੇ ਸਟੇਜ ਤੇ ਸਟੇਜ ਤੇ ਉੱਥੇ ਜਾ ਕੇ ਸੋਫੇ ਲੱਗੇ ਉਹ ਮੈਂ ਸੋਫਿਆਂ ਦੇ ਉੱਤੇ ਜਾ ਕੇ ਬੈਠਾ ਨਾਲ ਮੇਰੇ ਨਾਲ ਦੋ ਬੰਦੇ ਇੱਧਰ ਬਹਿ ਗਏ ਦੋ ਇੱਧਰ ਬਹਿ ਗਏ ਕਿਵੇਂ ਬਹਿ ਗਏ ਦੋ ਇੱਧਰ ਬਹਿ ਗਏ ਦੋ ਇੱਧਰ ਬਹਿ ਗਏ ਹਾਂਜੀ ਤੇ ਜਿਹੜਾ ਇੱਥੇ ਸੀਟ ਸੀ ਇੱਥੇ ਨਿਕਾਹ ਰਜਿਸਟਰਾਰ ਸੀ ਫਿਰ ਇੱਕ ਇੱਥੇ ਜਿਹੜਾ ਬੰਦਾ ਨਾਲ ਬੈਠਾ ਹੋਇਆ ਸੀ ਉਹਨੂੰ ਉਠਾਇਆ ਇੱਥੇ ਅੱਬਾ ਜੀ ਨੂੰ ਬਿਠਾ ਲਿਆ ਕੋਲ ਕਿਹਨੂੰ ਅੱਬਾ ਲਿਆ ਅੱਬਾ ਜੀ ਕੋ ਹਾਂਜੀ ਦਾਦਾ ਅੱਬਾ ਜੀ ਕੋ ਤੇਰੇ ਦਾਦਾ ਕੋ ਅੱਛਾ ਜੀ ਦਾਦਾ ਅੱਬੂ ਨੇ ਨਿਕਾਹ ਪੜਾਇਆ ਰਜਿਸਟਰਾਰ ਨੇ ਕਾਰਵਾਈ ਪੂਰੀ ਕੀਤੀ ਆਮੀਨ ਹੋਈ ਤੇ ਇੱਧਰ ਵੀ ਇਹਨਾਂ ਦੇ ਕੋਲੋਂ ਆਮੀਨ ਕਰਵਾਈ ਤੇ ਇੱਦਾਂ ਸਾਡਾ ਵਿਆਹ ਹੋਇਆ ਖਾਣਾ ਖਾ ਕੇ ਸਾਰਿਆਂ ਨੇ ਤਸੱਲੀ ਦੇ ਨਾਲ ਤੇ ਆਪਣੇ ਜਿਹੜੇ ਦੋ ਘੰਟੇ ਲੱਗ ਗਏ ਤਕਰੀਬਨ ਬੇਗਮ ਸਾਹਿਬਾ ਦੇ ਮੇਕਅਪ ਦੇ ਵਿੱਚ ਕਿਹਦੇ ਵਿੱਚ ਦੋ ਘੰਟੇ ਲੱਗੇ ਮੇਕਅਪ ਹਾਂ ਮੇਕਅਪ ਬੁੱਢੀਆਂ ਕਰਕੇ ਨਾ ਆਪਣਾ ਮੂੰਹ ਅਸਰ ਜਿਹੜਾ ਨਾ ਛੁਪਾ ਲੈਂਦੀਆਂ ਨੇ ਸ਼ਾਮ ਦੇ ਵੱਜ ਗਏ ਕਿੰਨੇ ਪੰਜ ਪੰਜ ਵਜੇ ਤੇ ਉੱਥੇ ਆਪਣੇ ਜਨਾਬ ਖੱਪ ਪੈ ਗਈ ਪੁੱਛੋ ਕਿਹਦੀ ਕਿਸ ਚੀਜ਼ ਦੀ ਤੇ ਮੁੰਡਾ ਕੁੜੀ ਲੈ ਚੱਲਾ ਵਿਆਹ ਕੇ ਮੁੰਡੇ ਨੇ ਫਿਰ ਵੀ ਕੋਈ ਘੱਟ ਕੋਈ ਨੀ ਕੀਤੀ ਖੱਪ ਰੋਲਾ ਪੈਣ ਦੇ ਬਾਵਜੂਦ ਵੀ ਕੁੜੀ ਜਿਹੜੀ ਨਾਲ ਮੇਰੇ ਟੋਰ ਕੇ ਤੇ ਗੱਡੀ ਚ ਬੈਠੀ ਤੇ ਅਸੀਂ ਜਿਹੜਾ ਘਰ ਪਹੁੰਚ ਗਏ ਏਦਾਂ ਸਾਡਾ ਵਿਆਹ ਹੋਇਆ ਮੇਰਾ ਪੁੱਤਰ ਅਗਲੇ ਦਿਨ ਸਾਡਾ ਵਲੀਮਾ ਹੋ ਗਿਆ ਠੀਕ ਹੈ ਨਾ ਤੇ ਵਲੀਮੇ ਤੇ ਰੋਟੀ ਖਵਾਈ ਇਹ ਸਾਡੀ ਸ਼ਾਦੀ ਦਾ ਸਾਰਾ ਕਿੱਸਾ ਜਿਹੜਾ ਤੈਨੂੰ ਆਪਸੀ ਆਪਣੇ ਪੁੱਤਰ ਜੀ ਸੁਣਾਇਆ ਠੀਕ ਹੈ ਕਿ ਮੈਂ ਗੱਡੀ ਤੇ ਗਿਆ ਬਰਾਤ ਪੈਦਲ ਗਈ ਕਿੱਥੇ ਗਈ ਚੱਪੇ ਤੇ ਬਾਕੀ ਨੋਟ ਹੀ ਨੋਟ ਨਜ਼ਰ ਆਉਂਦੇ ਸੀ ਸਾਰੇ ਇਹ ਸਾਰਾ ਸਾਡੀ ਸ਼ਾਦੀ ਦਾ ਕਿੱਸਾ ਹੀ ਸਨ 2000 ਦੀ ਸ਼ਾਦੀ ਹੋਈ ਸੀ 23 ਜਨਵਰੀ ਨੂੰ ਕਿਉਂ ਬੇਗਮ ਸਾਹਿਬ ਸਹੀ ਜਨਵਰੀ ਨੂੰ ਹੋਈ ਸੀ ਨਾ ਹਾਂ ਹੁਣ ਸਮਝ ਆ ਗਈ ਮੇਰੇ ਪੁੱਤਰ ਨੂੰ ਹਾਂਜੀ ਕਿ ਵੀ ਸਾਡੀ ਸ਼ਾਦੀ ਦਾ ਪਤਾ ਲੱਗ ਗਿਆ ਉਹਨੂੰ ਉਹਨੂੰ ਤੁਸੀਂ ਇਹ ਤਾਂ ਦੱਸਿਆ ਨਹੀਂ ਕਿ ਮਹਿੰਦੀ ਤੇ ਤੁਹਾਡੇ ਨਾਲ ਕੀ ਹੋਇਆ ਸੀ ਉਹ ਮਹਿੰਦੀ ਦਾ ਵੀ ਸੁਣ ਲਿਆ ਯਾਰ ਅੱਜ ਬੇਗਮ ਸਾਹਿਬਾ ਨੇ ਤੇ ਮੈਨੂੰ ਯਾਦ ਕਰਾ ਦਿੱਤਾ ਉਹ ਕੋਈ ਮੇਰੇ ਨਾਲ ਇੱਕੋ ਹੀ ਉਹ ਪੂਰਾ ਮੱਲਾ ਹੀ ਉਧਰੋਂ ਆ ਜਿਹੜਾ ਜਿੰਨੀਆਂ ਵੀ ਸੁਹਾਣੀਆਂ ਕੁੜੀਆਂ ਆ ਲਿਸ਼ਕਦੀਆਂ ਹੋਈਆਂ ਆ ਗਈਆਂ ਢੋਲਕੀ ਲੈ ਕੇ ਡੰਡਣਾ ਡੰਡਾ 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 ਉਹ ਜਨਾਬ ਮੋਮਬੱਤੀਆਂ ਦੇ ਥਾਲ ਫੜੇ ਹੋਏ ਨਾਲ ਐ ਨਾਲ ਪਲੇਟਾਂ ਮਹਿੰਦੀ ਦੀਆਂ ਜਨਾਬ ਪੂਰਾ ਸੇਮ ਸਾਡਾ ਭਰਿਆ ਹੋਇਆ ਇੱਥੇ ਮੈਂ ਘਬਰਾਈ ਜਾਵਾਂ ਕੋਲਾ ਨਾਲ ਪਾਣੀ ਦਾ ਇੱਕ ਇੱਕ ਗਲਾਸ ਮੈਨੂੰ ਦੇਈ ਜਾਣ ਸਾਰੇ ਕਨਫਿਊਜ਼ ਨਹੀਂ ਹੋਣਾ ਭਾਈਜਾਨ ਕਨਫਿਊਜ਼ ਨਹੀਂ ਹੋਣਾ ਤੇਰੇ ਤਾਇਆ ਜੀ ਸਾਰੇ ਛੱਤਾਂ ਤੇ ਚੜੇ ਹੋਏ ਸੀਗੇ ਹੈਂ ਉਹ ਜਿੰਨੀਆਂ ਵੀ ਆਈਆਂ ਸੀ ਮਹਿੰਦੀ ਲੈ ਕੇ ਸਾਰੀਆਂ ਨੇ ਇੱਕ ਇੱਕ ਮਠਿਆਈ ਦਾ ਦਾਣਾ ਮੇਰੇ ਮੂੰਹ ਵਿੱਚ ਪਾਈ ਜਾ ਤੇ ਅੱਗੇ ਅੱਗੇ ਟੁਰੀ ਜਾਣ ਵੇ ਭਰਾਵਾ ਸਾਡੀ ਇੱਜ਼ਤ ਦਾ ਸਵਾਲ ਹੀ ਹੈ ਖਾ ਲਵੀ ਉਹ ਐਸੇ ਚੱਕਰਾਂ ਦੇ ਵਿੱਚ ਉਹਨਾਂ ਨੇ ਮੈਨੂੰ ਤੇ ਉਹ 3-4 ਕਿਲੋ ਮਠਿਆਈ ਖਵਾ ਮਾਰੀ ਉਸ ਲਈ ਉਹ ਮੇਰੇ ਨਾਲ ਇੱਕ ਕੋਈ ਹੋਈ ਮੈਨੂੰ ਤਾਂ ਉਹਨਾਂ ਨੇ ਉਹ ਪੀੜਾ ਜਿਹੜਾ ਸਜਾ ਕੇ ਜਾਂਦਾ ਉਹਦੇ ਵਿੱਚ ਬਿਠਾਇਆ ਹੋਇਆ ਸੀ ਉਤੋਂ ਇੰਨਾ ਰਸ ਪਿਆ ਉਤੋਂ ਆਪਣੇ ਲਾਈਟਾਂ 500-500 ਵਾਟ ਦੀਆਂ ਲੱਗੀਆਂ ਹੋਈਆਂ ਉਤੋਂ ਜਨਾਬ ਉਹਨਾਂ ਨੇ ਉਹ ਜਿਹੜਾ ਇੱਥੇ ਆਪਣੇ ਜਿਹੜਾ ਖੁਸ਼ੀਆਂ ਮਨਾਈਆਂ ਉਹਨਾਂ ਨੇ ਤੇ ਇੱਦਾਂ ਮੇਰੀ ਜਿਹੜਾ ਨਾ ਮਹਿੰਦੀ ਹੋਈ ਠੀਕ ਹੈ ਹੁਣ ਮੇਰੇ ਪੁੱਤਰ ਨੂੰ ਸਮਝ ਆ ਗਈ ਹੈ ਹਾਂਜੀ ਤੂੰ ਵੀ ਵਿਆਹ ਕਰਾਉਣਾ ਤੇ ਇੱਦਾਂ ਦਾ ਹੀ ਆਪਣੇ ਕੋਈ ਲਾਭ ਲਵੀਂ ਅੱਛਾ ਜੀ ਕਿ ਆ ਚੱਪੇ ਤੇ ਜਾਣਾ ਹੈ ਤੂੰ ਗੱਡੀ ਦੇ ਤੇ ਬਰਾਤ ਪੈਦਲ
ठीक है ना, समझ जानदी पई है ना। हां जी चलो ठीक है। नाज़रीन मैं अपने बच्चे ने जेड़ा मेनू सवाल किया सी शादी अबू जी तुहाडी किदां दी होई है ते कदों होई सी हैगी, ते मैं बच्चे नु सारा कुछ दस्या है समझाया वे, ते बच्चा सुन के ते बड़ा ही खुश होया वे अपने जेड़ा, ते तुहानू जेड़ी आई दी साडी वीडियो कैसी लगी हैगी है, लाइक करना शेयर करना सबसक्राइब करना ते प्यारे जे कमेंट भी करना, ते परदेस विच रहण वाले नवें ते ਆਪਣੇ ਜਿਹੜੇ ਪਰਦੇਸ ਵਿੱਚ ਭੈਣਾ ਭਰਾ ਰਹਿੰਦੇ ਨੇ ਉਹਨਾਂ ਦੇ ਸਾਡੀ ਗੁਜ਼ਾਰਿਸ਼ ਹੈ ਨਵੇਂ ਦੇਖਣ ਵਾਲੇ ਅੱਗੇ ਵੀ ਤੇ ਪੁਰਾਣੇ ਦੇਖਣ ਵਾਲੇ ਅੱਗੇ ਵੀ ਆਪਣੇ ਕਿ ਵੀ ਜਿਹੜੇ ਕਿ ਸਾਡੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਨ ਤੇ ਅੱਗੇ ਨਾਲ ਨਾਲ ਸ਼ੇਅਰ ਵੀ ਕਰਨ ਲਾਈਕ ਕਰਨ ਅੱਛੇ ਜਿਹੇ ਕਮੈਂਟ ਕਰਨ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਣ, ਤੇ ਇਸ ਦੇ ਨਾਲ ਹੀ ਅਸੀਂ ਆਪਣੇ ਜਿਹੜਾ ਸ਼ਾਦੀ ਸ਼ਦਾ ਤੁਹਾਡੇ ਕੋਲ ਜਾਦੇ ਚਾਹੁੰਦੇ ਹਾਂ। ਅੱਲਾ ਹਾਫਿਜ਼। ਅੱਲਾ ਹਾਫਿਜ਼।